ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ। ਮੂਲ ਮੰਤਰ ਦਾ ਪਾਠ ਕਿਵੇਂ ਕਰਨਾ ਚਾਹੀਦਾ ਅਤੇ ਇਸ ਦਾ ਫਲ ਕਿਵੇਂ ਮਿਲੇਗਾ। ਆਪਾਂ ਕਈ ਵਾਰ ਦੇਖਦੇ ਹਾਂ ਵੀ ਕਈ ਲੋਕ ਮੂਲ ਮੰਤਰ ਦਾ ਪਾਠ ਕਰਦੇ ਨੇ, ਬਹੁਤ ਹੀ ਕਾਹਲੀ ਪਾਠ ਕਰਦੇ ਨੇ। ਕਈ ਬੱਚਿਆਂ ਦੇ ਮਾਪੇ ਵੀ ਬੱਚਿਆਂ ਨੂੰ ਕਹਿੰਦੇ ਨੇ ਵੀ ਤੁਸੀਂ ਪਾਠ ਕਰਿਆ ਕਰੋ। ਉਹ ਬਹੁਤ ਹੀ ਤੇਜ਼ੀ ਨਾਲ ਜਾਂ ਕਾਹਲੀ ਕਾਹਲੀ ਪਾਠ ਕਰਦੇ ਨੇ। ਉਹ ਕਾਹਲੀ ਦੇ ਚੱਕਰ ਵਿੱਚ ਪਾਠ ਦੇ ਜੋ ਸ਼ਬਦ ਅਤੇ ਅੱਖਰ ਨੇ ਉਹ ਉਲਟ ਪੁਲਟ ਹੋ ਜਾਂਦੇ ਨੇ। ਪਿਆਰੀ ਸਾਧ ਸੰਗਤ ਜੀ, ਆਪਾਂ ਨੂੰ ਬਹੁਤ ਹੀ ਸਹਿਜਤਾ ਨਾਲ ਅਤੇ ਪੂਰਨ ਧਿਆਨ ਨਾਲ ਪਾਠ ਕਰਨਾ ਚਾਹੀਦਾ। ਪਾਠ ਕਰਦਿਆਂ ਇੰਨੀ ਕੁ ਆਵਾਜ਼ ਤਾਂ ਜ਼ਰੂਰ ਆਵੇ ਕਿ ਉਹ ਆਵਾਜ਼ ਸਾਡੇ ਕੰਨਾਂ ਵਿੱਚ ਜ਼ਰੂਰ ਪਹੁੰਚੇ। ਹੋ ਸਕੇ ਤਾਂ ਮੂਲ ਮੰਤਰ ਦਾ ਜਾਪ ਬੈਠ ਕੇ ਕਰੀਏ, ਚੌਂਕੜਾ ਮਾਰ ਕੇ ਕਰੀਏ। ਜਿੰਨਾ ਟਾਈਮ ਵੀ ਹੋਵੇ ਉਨਾ ਸਮਾਂ ਹੀ ਕਰ ਲਓ, ਪਰ ਪੂਰੇ ਧਿਆਨ ਨਾਲ ਕਰਨਾ। ਕਈ ਵਾਰ ਕੀ ਹੁੰਦਾ ਹੈ, ਜਦੋਂ ਕੋਈ ਵੀ ਪਾਠ ਕਰਦੇ ਹਾਂ ਤਾਂ ਸਾਡੇ ਮਨ ਅੰਦਰ ਹੋਰ ਵਿਚਾਰ ਚੱਲਦੇ ਨੇ। ਇਸ ਲਈ ਸਾਨੂੰ ਪਾਠ ਬਿਲਕੁਲ ਇੱਕ ਇਕਾਂਤ ਜਗ੍ਹਾ 'ਤੇ ਬੈਠ ਕੇ ਕਰਨਾ ਚਾਹੀਦਾ ਹੈ। ਜਦੋਂ ਪਾਠ ਕਰੀਏ ਤਾਂ ਧਿਆਨ ਸਾਡਾ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਹੋਵੇ, ਉਸੇ ਤਰਫ ਹੀ ਹੋਵੇ ਕਿ ਅਸੀਂ ਪਾਠ ਕਰ ਰਹੇ ਹਾਂ। ਪੂਰੀ ਕੋਸ਼ਿਸ਼ ਕਰੀਏ ਕਿ ਸਾਡਾ ਮਨ ਪਾਠ ਵਿੱਚ ਹੀ ਇਕਾਗਰ ਰਹੇ। ਜਦੋਂ ਅਸੀਂ ਮੂਲ ਮੰਤਰ ਨੂੰ ਸਹਿਜਤਾ ਨਾਲ ਕਰਾਂਗੇ ਤਾਂ ਸਾਡੇ ਮਨ ਨੂੰ ਇੰਨਾ ਆਨੰਦ ਆਵੇਗਾ ਕਿ ਜਿਵੇਂ ਸਾਨੂੰ ਸੰਸਾਰ ਦੇ ਸਾਰੇ ਸੁੱਖ ਪ੍ਰਾਪਤ ਹੋ ਗਏ ਹੋਣ। ਸਾਨੂੰ ਫਲ ਵੀ ਇਸੇ ਤਰ੍ਹਾਂ ਹੀ ਮਿਲੇਗਾ ਜਦੋਂ ਅਸੀਂ ਮੂਲ ਮੰਤਰ ਜਾਪ ਨੂੰ ਪੂਰਨ ਮਨ ਨਾਲ ਅਤੇ ਇੱਕ ਚਿੱਤ ਹੋ ਕੇ ਕਰਾਂਗੇ। ਇਸ ਲਈ ਪਿਆਰਿਓ, ਅੱਜ ਤੋਂ ਆਪਾਂ ਜਿੰਨਾ ਵੀ ਸਮਾਂ ਹੋ ਸਕੇ ਚੌਂਕੜਾ ਮਾਰ ਕੇ ਅਤੇ ਮੂਲ ਮੰਤਰ ਆਵਾਜ਼ ਜਿਵੇਂ ਏਕ ਓਂਕਾਰ, ਵੀ ਉਹ ਆਵਾਜ਼ ਸਾਡੇ ਕੰਨਾਂ ਵਿੱਚ ਜਾਵੇ। ਇਸ ਦੇ ਨਾਲ ਕੀ ਹੋਏਗਾ ਕਿ ਜੋ ਮੰਗਾਂਗੇ ਉਹੀ ਮਿਲੇਗਾ। ਜਾਪ ਕਰਨ ਲੱਗਿਆ ਸਾਨੂੰ ਮਾਲਾ ਹੱਥ ਵਿੱਚ ਜ਼ਰੂਰ ਲਵੋ। ਹਰ ਰੋਜ਼ ਘੱਟੋ ਘੱਟ 5 ਮਾਲਾ ਮੂਲ ਮੰਤਰ ਦੀਆਂ ਜ਼ਰੂਰ ਕਰੋ। ਹਮੇਸ਼ਾ ਜਾਪ ਨੂੰ ਸਹਿਜਤਾ ਨਾਲ ਅਤੇ ਹੌਲੀ ਹੌਲੀ ਪਾਠ ਕਰਨਾ। ਜਦੋਂ ਅਸੀਂ ਸਿਰਫ ਆਪਾਂ ਆਪਣੇ ਮਨ ਅੰਦਰ ਇਹੀ ਧਾਰ ਲਿਆ ਨਾ ਵੀ ਆਪਾਂ ਧਿਆਨ ਨਾਲ ਕਰਨਾ, ਬਸ ਫਿਰ ਆਪ ਹੀ ਦੇਖਿਓ ਜੋ ਜਿੱਥੇ ਆਪਾਂ ਰੁਕਾਵਟ ਆਈ ਪਈ ਨਾ ਉਹ ਆਪੇ ਦੂਰ ਹੋ ਜਾਵੇਗੀ। ਸਾਡੇ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ, ਇਸ ਲਈ ਸਾਨੂੰ ਜਾਪ ਕਰਨ ਦਾ ਪੂਰਾ ਫਲ ਨਹੀਂ ਮਿਲਦਾ। ਅਸੀਂ ਪਰਮਾਤਮਾ ਨੂੰ ਦੋਸ਼ ਦਿੰਦੇ ਹਾਂ ਕਿ ਅਸੀਂ ਉਸ ਦਾ ਸਿਮਰਨ ਕਰਦੇ ਹਾਂ ਤਾਂ ਸਾਨੂੰ ਉਸ ਦਾ ਸਿਮਰਨ ਦਾ ਫਲ ਨਹੀਂ ਮਿਲਦਾ। ਸਾਡੀ ਸਭ ਤੋਂ ਵੱਡੀ ਗਲਤੀ ਹੀ ਇਹੀ ਹੁੰਦੀ ਹੈ ਕਿ ਜਦੋਂ ਅਸੀਂ ਜਾਪ ਕਰਦੇ ਹਾਂ ਤਾਂ ਪਹਿਲਾਂ ਸਾਡੇ ਮਨ ਵਿੱਚ ਉਸਦੇ ਫਲ ਦੀ ਗੱਲ ਆ ਜਾਂਦੀ ਹੈ। ਪਿਆਰਿਓ, ਤੁਸੀਂ ਉਸ ਪਾਤਸ਼ਾਹ ਅਕਾਲ ਪੁਰਖ ਨੂੰ ਧਿਆਉਂਦੇ ਰਹੋ, ਉਸ ਅਕਾਲ ਪੁਰਖ ਨੂੰ ਸਭ ਪਤਾ ਹੈ ਅਤੇ ਉਹਦਾ ਫਲ ਵੀ ਦੇਵੇਗਾ। ਫਿਰ ਆਓ ਅੱਜ ਤੋਂ ਮੂਲ ਮੰਤਰ ਦਾ ਜਾਪ ਕਰੀਏ ਅਤੇ ਵਾਹਿਗੁਰੂ ਫਲ ਵੀ ਆਪੇ ਹੀ ਦੇਣਗੇ।